ਬਠਿੰਡਾ ਚ ਪਰਸਰਾਮ ਨਗਰ ਵਾਸੀਆਂ ਨੇ ਸਰਕਾਰ ਦੇ ਖਿਲਾਫ ਅਨੋਖੇ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ। ਇਹਨਾਂ ਨੇ ਸਕੇਟਿੰਗ ਕਰ ਪੰਜਾਬ ਚ ਪੈਟਰੋਲ ਡੀਜ਼ਲ ਦੇ ਵੈਟ ਟੈਕਸ ਖਤਮ ਕਰਨ ਦੀ ਮੰਗ ਕੀਤੀ ਹੈ ਅਤੇ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਇਹਨਾਂ ਨੇ ਰੋਸ ਜਤਾਇਆ ਹੈ ਕਿ ਜੇਕਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਜਿਹੇ ਹੀ ਵੱਧਦੀਆਂ ਗਈਆਂ ਤਾਂ ਲੋਕਾਂ ਨੂੰ ਪੈਰਾਂ 'ਚ ਟਾਇਰ ਪਾ ਕੇ ਜਾਣਾ ਪਵੇਗਾ। ਸਕੇਟਿੰਗ ਦੇ ਅੰਦਰ ਇਹ ਦਿਖਾਇਆ ਕਿ ਆਉਣ ਵਾਲਾ ਜਿਹੜਾ ਟਾਈਮ ਹੈ, ਅਗਰ ਸਰਕਾਰ ਪੰਜਾਬ ਸਰਕਾਰ ਐਂ ਰੇਟ ਆਪਦੇ ਬੈਠ ਵਧਾਉਂਦੀ ਰਹੀ, ਟੈਕਸ ਵਧਾਉਂਦੀ ਰਹੀ, ਤਾਂ ਲੋਕਾਂ ਨੂੰ ਪੈਰਾਂ 'ਤੇ ਟਾਇਰ ਲਾ ਕੇ ਚੱਲਣਾ ਪਿਆ ਕਰੂ ਸੜਕਾਂ 'ਤੇ। ਇਸੇ ਕਰਕੇ ਅੱਜ ਆ ਸੈਂਕੜੇ ਨੌਜਵਾਨ ਸੜਕਾਂ 'ਤੇ ਅੱਜ ਕੱਲ੍ਹ 'ਤੇ ਉਤਰੇ ਹੈ। ਮੈਂ ਤਾਂ ਇਹ ਵੀ ਪ੍ਰੇਰਨਾ ਕਰਦਾ ਵੀ ਆ ਗੱਡੀਆਂ ਛੱਡ ਕੇ ਆਪਾਂ ਆਈਂ ਚਲਾਉਣ ਲੱਗ ਜਾਈਏ, ਤਾਂ ਜੋ ਘੱਟੋ ਘੱਟ ਸਰੀਰ ਵੀ ਤੰਦਰੁਸਤ ਰਿਹਾ ਕਰੂਗਾ, ਪ੍ਰਦੂਸ਼ਣ ਮੁਕਤ ਵੀ ਰਿਹਾ ਕਰੂਗਾ, ਸਰੀਰ ਵੀ ਵਧੀਆ ਰਿਹਾ ਕਰੂਗਾ। ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ, ਚੈਨਲ 2।